ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਮੋਰਚਾ ਅਜੇ ਤੱਕ ਲੱਗਿਆ ਹੋਇਆ, ਹਾਲਾਂਕਿ 29 ਫਰਵਰੀ ਤੱਕ ਡਿਲੇ ਹੈਗਾ ਆ ਔਰ ਉਸ ਦੇ ਵਿੱਚ ਕਈ ਕਿਸਾਨ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਇਸ ਡਿਲੇ ਤੋਂ ਨਾਰਾਜ਼ ਨੇ, ਹਾਲਾਂਕਿ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਵਾਪਸ ਜਾਂਦੇ ਵੀ ਦੱਸੇ ਗਏ ਨੇ, ਪਰ ਅਜੇ ਤੱਕ ਇਹ ਮੋਰਚਾ ਜਿਹੜਾ ਆ ਉਹ ਮੁਕੰਮਲ ਤੌਰ ਦੇ ਉੱਤੇ ਬਰਕਰਾਰ ਹੈਗਾ ਆ। ਖੈਰ, ਇਸ ਮੋਰਚੇ ਦੇ ਵਿੱਚ ਹੁਣ ਤੱਕ ਜੋ ਸਭ ਤੋਂ ਵੱਡੀ ਘਟਨਾ ਔਰ ਸਭ ਤੋਂ ਦੁਖਦਾਈ ਘਟਨਾ ਵਾਪਰੀ ਹੈ ਉਹ ਸ਼ੁਭਕਰਨ ਸਿੰਘ ਦੀ ਮੌਤ ਹੈਗੀ ਆ, ਉਸ ਦੀ ਸ਼ਹਾਦਤ ਹੈਗੀ ਹੈ ਜੋ ਕਿ ਖਨੌਰੀ ਬਾਰਡਰ 'ਤੇ ਵਾਪਰੀ ਸੀ। ਖਨੌਰੀ ਬਾਰਡਰ 'ਤੇ ਸ਼ੁਭਕਰਨ ਸਿੰਘ ਨੂੰ ਗੋਲੀ ਲੱਗਦੀ ਹੈ, ਜਿਹੜੀ ਗੋਲੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਚਲਾਈ ਜਾਂਦੀ ਹੈ। ਹੁਣ ਉਸ ਮਾਮਲੇ ਨੂੰ ਲੈ ਕੇ ਜਿੱਥੇ ਕਿਸਾਨਾਂ ਦੇ ਵਿੱਚ ਵਿਵਾਦ ਹੈਗਾ, ਗੁੱਸਾ ਰੋਸ ਹੈਗਾ ਆ, ਉੱਥੇ ਹੀ ਉਸ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਉਂਦੀ ਨਜ਼ਰ ਆ ਰਹੀ ਹੈ। ਸਰਮੌਰ ਜਥੇਬੰਦੀ ਹੈਗੀ ਹੈ, ਸਿੱਖਾਂ ਦੀ ਸਰਮੌਰ ਸੰਸਥਾ ਹੈਗੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹੀ SGPC ਹੁਣ ਉੱਗੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਔਰ ਸਾਫ਼ ਤੌਰ ਦੇ ਉੱਤੇ SGPC ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼ੁਭਕਰਨ ਸਿੰਘ ਦੀ ਮੌਤ ਦੇ ਇਵਜ਼ ਦੇ ਵਿੱਚ, ਕਿਸਾਨੀ ਅੰਦੋਲਨ ਦੇ ਇਵਜ਼ ਦੇ ਵਿੱਚ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ। ਦਰਅਸਲ ਜੇ ਸਿਆਸੀ ਪੱਧਰ ਦੇ ਉੱਤੇ SGPC ਦੀ ਗੱਲ ਕਰੀਏ ਤਾਂ ਸਿੱਧੇ ਇਲਜ਼ਾਮ ਲੱਗਦੇ ਨੇ ਕਿ SGPC ਸ਼੍ਰੋਮਣੀ ਅਕਾਲੀ ਦਲ ਦੀ ਸਿੱਧੀ ਹਮਾਇਤ ਕਰਦਾ, ਔਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਗੱਠਜੋੜ ਦੇ ਚਰਚੇ ਵੀ ਚੱਲਦੇ ਪਏ ਨੇ। ਖੈਰ, ਇਸ ਸਥਿਤੀ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਦੁਬਾਰਾ ਉਹੀ ਸਥਿਤੀ ਬਣ ਜਾਵੇਗੀ ਜੋ ਪਿਛਲੇ ਕਿਸਾਨੀ ਅੰਦੋਲਨ 'ਚ ਬਣੀ ਸੀ ਜਦੋਂ ਉਹਨਾਂ ਨੂੰ BJP ਤੋਂ ਕੱਟ ਆਫ ਹੋਣਾ ਪਿਆ ਸੀ। ਖੈਰ, ਇਹ ਗੱਲਾਂ ਸਿਆਸੀ ਪੱਧਰ ਦੇ ਉੱਤੇ ਚੱਲਦੀਆਂ ਪਈਆਂ ਨੇ, ਪਰ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜ਼ਰੂਰ ਸਾਹਮਣੇ ਆਏ ਨੇ ਔਰ ਇਸ ਮਾਮਲੇ ਦੇ ਵਿੱਚ, ਖਾਸ ਕਰਕੇ ਸ਼ੁਭਕਰਨ ਸਿੰਘ ਦੀ ਸ਼ਹਾਦਤ ਦੇ ਮਾਮਲੇ ਦੇ ਵਿੱਚ ਟਿੱਪਣੀ ਕਰਦੇ ਨਜ਼ਰ ਆਏ ਨੇ। ਆਖਿਰ ਕੀ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਸੰਘਰਸ਼ ਦੇ ਰਾਹ 'ਤੇ ਤੁਰਿਓ ਆ, ਪਹਿਲਾਂ 13 ਮਹੀਨੇ ਦਾ ਸੰਘਰਸ਼ ਚੱਲਿਆ ਸਿੰਘੂ ਬਾਰਡਰ ਦੇ ਉੱਤੇ, ਅਤੇ ਸੈਂਟਰ ਦੀ ਸਰਕਾਰ ਨੇ ਉਹ ਜਿਹੜੇ ਬਿੱਲ ਸੀ 3 ਵਾਪਸ ਲੈ ਲਏ, ਕੁਛ ਇਹਨਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ। ਹੁਣ ਕਿਸਾਨ ਫਿਰ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ, ਪਰ ਇਹ ਹਰਿਆਣੇ ਦੀ ਸਰਕਾਰ ਨੇ ਬੈਰੀਕੇਡਸ ਲਾ ਕੇ ਉਹਨਾਂ ਨੂੰ ਸ਼ੰਭੂ ਬਾਰਡਰ 'ਤੇ ਅਤੇ ਦੂਸਰੇ ਬਾਰਡਰਾਂ ਦੇ ਉੱਤੇ ਇਹਨਾਂ ਨੂੰ ਜਾਣ ਤੋਂ ਪਾਬੰਦੀ ਲਾਉਣ ਲਈ ਬੜੇ ਬੜੇ ਬੈਰੀਕੇਡ ਲਾਤੇ। ਔਰ ਸਤਿਮ ਦੀ ਗੱਲ ਇਹ ਆ ਕਿ ਹਰਿਆਣੇ ਦੀ ਸਰਕਾਰ ਉੱਧਰੋਂ ਆ ਕੇ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਕਿਸਾਨਾਂ ਨੂੰ ਫੱਟੜ ਕੀਤਾ। ਇੱਕ ਜਿਹੜਾ ਉਹ ਵਿਚਾਰਾ ਸਾਡਾ ਛੋਟਾ ਬੱਚਾ, ਉਹ ਪਰਸੋਂ ਗੋਲੀ ਮਾਰਤੀ, ਉਹ ਚੜ੍ਹਾਈ ਕਰ ਗਿਆ। ਸੈਂਟਰ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ 'ਤੇ ਤਾਂ ਸਾਡਾ ਰੋਸਾ ਵੱਡਾ ਹੈਗਾ ਹੀ ਆ, ਪਰ ਪੰਜਾਬ ਦੀ ਸਰਕਾਰ ਨੂੰ ਵੀ ਸੋਚਣਾ ਪਊਗਾ ਵੀ ਇਹਨਾਂ ਦੀ ਹੱਦ ਦੇ ਵਿੱਚ ਆ ਕੇ ਗੋਲੀਆਂ ਵੱਜੀ ਜਾਂਦੀਆਂ, ਇਹਨਾਂ ਦੀ ਹੱਦ ਦੇ ਵਿੱਚ ਆ ਕੇ ਕਿਸਾਨ ਫੱਟੜ ਹੋਈ ਜਾਂਦੇ ਆ, ਅਤੇ ਫਿਰ ਬਿਆਨ ਹੀ ਦੇਣ ਤੱਕ ਸੀਮਤ ਰਹਿਣਾ, ਫਿਰ ਉਹਦਾ ਉਪਾਅ ਕੀ ਆ? ਉਹਦਾ ਉਪਾਅ ਆ ਕਿ ਜੇ ਵਿੱਚ ਵਿਚੋਲੇ ਬਣੇ ਸੀ ਉਸ ਗੱਲ ਨੂੰ ਸਿਰੇ ਲਾਉਂਦੇ। ਸੋ ਮੈਂ ਸਮਝਦਾ ਇਹ ਸਰਕਾਰਾਂ ਦੀ ਬਦਨੀਤ ਜਿਹੜੀ ਆ ਉਹ ਅੱਜ ਸਾਹਮਣੇ ਸਾਰਿਆਂ ਦੇ ਆ ਗਈ ਆ, ਅਤੇ ਖਾਸ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਿਰਫ ਅੱਜ ਤੋਂ 2 ਸਾਲ ਪਹਿਲਾਂ ਵੀ ਝੂਠੇ। ਮੈਂ ਤਾਂ ਇੱਕੋ ਸਵਾਲ ਕਰਦਾ ਵੀ ਹੁਣ ਉਹ MSP ਦਾ ਜਿਹੜਾ ਬੜਾ ਵੱਡਾ ਬਿਆਨ ਆ, ਸਾਰੇ ਚੱਲਦਾ ਟੈਲੀਵਿਜ਼ਨ 'ਤੇ ਵੀ, ਵੀ ਸਰਕਾਰ ਆਜੂ ਆਪਦੀ ਤਾਂ 24 ਘੰਟਿਆਂ ਦੇ ਵਿੱਚ MSP ਲਾਗੂ ਕਰ ਦਿਆਂਗੇ, ਅਤੇ ਹੁਣ ਉਹ ਵਾਅਦੇ ਕਿੱਥੇ ਗਏ? ਇਹਨਾਂ ਦੇ ਮੰਤਰੀ ਇਹ ਗੱਲਾਂ ਕਹਿ ਰਹੇ ਆ। ਸੋ ਇਹਦਾ ਹੱਲ ਜਿਹੜਾ ਆ ਕਿਸਾਨਾਂ ਦਾ, ਇਹ ਹੱਲ ਹੋਣਾ ਚਾਹੀਦਾ। ਇਵੇਂ ਫਿਰ ਪੰਜਾਬ ਦੇ ਵਿੱਚ ਜਿਹੜੀ ਸਮੇਂ ਲੰਮੇ ਤੋਂ ਸੰਘਰਸ਼ ਦੀ ਜਿਹੜੀ ਇਹਨੀ ਆਪਣੇ ਕਿਸਾਨਾਂ ਨੇ ਜਿਹੜਾ ਆਪਣਾ ਆਰੰਭਿਆ ਆ ਉਹ ਤਾਂ ਹੀ ਠੱਲੂਗਾ ਜੇ ਆਪਾਂ ਇਹਨਾਂ ਨੂੰ ਕੁਛ ਦੇਵਾਂਗੇ। ਔਰ ਅੱਜ ਮੈਂ ਸਮਝਦਾ ਕਿਸਾਨੀ ਮਰ ਮੁੱਕ ਰਹੀ। ਮੈਂ 1968 ਦੇ ਵਿੱਚ 65 ਪੈਸੇ ਲੀਟਰ ਡੀਜ਼ਲ ਹੁੰਦਾ ਸੀ,
ਤੇ ਕਣਕ ਸੀ 215 ਰੁਪਏ ਕੁਇੰਟਲ, ਤੇ ਅੱਜ ਡੀਜ਼ਲ ਦੇਖ ਕੇ 80 ਰੁਪਏ, ਕਿੰਨਾ ਗੁਣਾ ਵੱਧ ਗਿਆ, ਤੇ ਜਿਹੜੀ ਕਣਕ ਆ ਉਹ 10 ਗੁਣਾ ਵਧੀ ਆ। ਸੋ ਮੈਂ ਸਮਝਦਾ ਕਿਸਾਨੀ ਦਾ ਵੀ ਵਿਚਾਰੇ ਦਾ ਲੱਕ ਟੁੱਟ ਰਿਹਾ, ਤੇ ਜੇ ਕਿਸਾਨੀ ਦਾ ਲੱਕ ਟੁੱਟ ਗਿਆ ਪੰਜਾਬ ਦਾ ਨੀ ਸਮੁੱਚੇ ਭਾਰਤ ਦਾ ਲੱਕ ਟੁੱਟਣਾ, ਇਸ ਕਰਕੇ ਇਹਨਾਂ ਤੇ ਗੌਰ ਕਰਨੀ ਚਾਹੀਦੀ। ਬਹੁਤ ਬਹੁਤ ਧੰਨਵਾਦ। ਇੱਕ ਪਾਸੇ ਕਿਸਾਨ ਬੈਠੇ ਧਰਨਿਆਂ ਤੇ, ਦੂਜੇ ਪਾਸੇ ਸਿੱਖ ਕੌਮ ਤੇ ਦਰਦੀ ਬੈਠੇ ਹੋਏ ਆ, ਦੂਜੇ ਪਾਸੇ ਰੰਗਲਾ ਪੰਜਾਬ ਮਨਾਇਆ ਜਾ ਰਿਹਾ ਖਾਲਸਾ ਕੋਲੇ ਵੱਡੇ ਵੱਡੇ ਕਲਾਕਾਰ ਬੁੱਕ ਕਰਕੇ ਪੰਜਾਬ। ਦੇਖੋ ਉਹ ਉਹਨਾਂ ਨੂੰ ਖਾਲਸਾ ਕਾਲਜ ਦਾ ਆਪਣਾ ਪ੍ਰਵਿਊ, ਅਸੀਂ ਤਾਂ ਜਿੱਦਣ ਪਹਿਲੇ ਦਿਨ ਤੋਂ ਹੀ ਜਿੱਦਣ ਅਸੀਂ ਸੰਘਰਸ਼ ਉੱਥੇ ਬੈਠੇ ਆ, ਅਸੀਂ ਉਦਣੇ ਲੰਗਰਾਂ ਦੀ ਵਿਵਸਥਾ ਸ਼ੁਰੂ ਕੀਤੀ, ਉਹ ਚੱਲ ਰਹੀ ਸਾਡੀ ਨਿਰੰਤਰ, ਕੋਈ ਅਸੀਂ ਕਿਸੇ 'ਤੇ ਸਹਾਨ ਨਹੀਂ ਕਰਦੇ। ਅਤੇ ਮੈਡੀਕਲ ਏਡ ਦੇ ਤੌਰ 'ਤੇ ਵੀ ਸਾਡੇ ਉਦਣ ਦੇ 2 ਦਿਨ ਬਾਅਦ ਅਸੀਂ ਉਹ ਵੀ ਉੱਥੇ ਚਾਲੂ ਕਰ ਦਿੱਤਾ ਸੀ, ਅਤੇ ਜਿਹੜੇ ਵੀ ਕਾਰਜ ਦੀ ਉੱਥੇ ਲੋੜ ਹੋਵੇ ਅਸੀਂ ਉਹਨਾਂ ਦੇ ਹਰ ਵੇਲੇ ਹਾਜ਼ਰ ਹਾਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।